ਦੇ ਲਿਖਾਰੀ, ਜਗਤ ਦੇ ਸ਼ਿਕਾਰੀ, ਨਿੰਜੇ ਦੇ ਸ਼ਾਹ ਸਵਾਰ, ਖਾਲਸੇ ਫੌਜਾਂ ਦੇ ਸਰਦਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਮੁਬਾਰਕ ਫਤਿਹ ਦੀ ਸਾਂਝ ਕਰੀਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇੱਥੇ ਸ਼ਹੀਦ ਬਾਬਾ ਰਣਜੀਤ ਸਿੰਘ ਜੀ ਦਿਆਲਗੜ੍ਹ ਅਤੇ ਉਹਨਾਂ ਦੇ ਸਾਥੀਆਂ ਦੇ ਯਾਦ ਦੇ ਵਿੱਚ ਜੁੜ ਬੈਠੇ ਹਾਂ। ਜਦੋਂ ਹਿੰਦੁਸਤਾਨ ਦੀ ਹਕੂਮਤ ਨੇ ਧਰਮ ਯੁੱਧ ਮੋਰਚੇ ਨੂੰ ਵਿਚਲਣ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਅਤੇ ਉਹਨਾਂ ਦੇ ਜੁਝਾਰੂ ਸਿੰਘਾਂ ਨੂੰ ਖਤਮ ਕਰਨ ਦੇ ਲਈ, ਸਿੱਖ ਕੌਮ ਦੇ ਨਾਲ ਪੰਜ ਸਦੀਆਂ ਦਾ ਵੈਰ ਕੱਢਣ ਦੇ ਲਈ, ਸਿੱਖ ਕੌਮ ਦੇ ਸਵੈ ਮਾਨ ਨੂੰ ਸੱਟ ਮਾਰਨ ਦੇ ਲਈ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਹਿ ਢੇਰੀ ਕੀਤਾ, ਤਾਂ ਉਸ ਸਮੇਂ ਹਿੰਦੁਸਤਾਨ ਦੀ ਸਰਕਾਰ ਨੇ ਇਹ ਸਮਝਿਆ ਹੋਣਾ ਕਿ ਸਿੱਖ ਡਰ ਜਾਣਗੇ, ਸਿੱਖ ਝੁਕ ਜਾਣਗੇ, ਸਿੱਖ ਲਿਖ ਜਾਣਗੇ, ਸਿੱਖ ਕਦੇ ਵੀ ਆਪਣੇ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਦੀ ਆਜ਼ਾਦੀ ਦੀ ਜਿਹੜੀ ਗੱਲ ਆ ਉਹ ਨਹੀਂ ਕਰਨਗੇ। ਪਰ ਘੱਲੂਘਾਰੇ ਤੋਂ ਕੁਝ ਸਮੇਂ ਬਾਅਦ ਹੀ ਉਸੇ ਵੇਲੇ ਹੀ ਬਾਬਾ ਰਣਜੀਤ ਸਿੰਘ ਜੀ ਦਿਆਲਗੜ੍ਹ, ਭਾਈ ਤਰਸੇਮ ਸਿੰਘ ਜੀ ਕੁਹਾੜ ਵਰਗੇ ਅਨੇਕਾਂ ਸਿੰਘ ਸੂਰਮੇ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਹੋ, ਇਹ ਉੱਥੇ ਇਹਨਾਂ ਦੇ ਕੋਲ ਕੋਈ ਟੈਂਕ ਨਹੀਂ ਸੀ, ਕੋਈ ਤੋਪ ਨਹੀਂ ਸੀ, ਕੋਈ ਕਿਲਾ ਨਹੀਂ ਸੀ, ਇਹਨਾਂ ਦੇ ਕੋਲ ਕੋਈ ਗੜੀ ਨਹੀਂ ਸੀ, ਕੋਈ ਵੱਡੇ ਮਾਰੂ ਹਥਿਆਰ ਨਹੀਂ ਸਨ। ਬਸ ਇੱਧਰੋਂ ਇੱਧਰੋਂ ਹੀ ਇਹਨਾਂ ਨੇ ਥੋੜ੍ਹੇ ਬਹੁਤੇ ਹਥਿਆਰਾਂ ਦਾ ਪ੍ਰਬੰਧ ਕਰਕੇ ਅਤੇ ਹਿੰਦੁਸਤਾਨ ਜਿਹੜਾ ਆਪਣੇ ਆਪ ਨੂੰ ਸੰਸਾਰ ਦੀ ਚੌਥੀ ਫੌਜੀ ਵੱਡੀ ਤਾਕਤ ਹੁੰਦਾ ਆ, ਉਸ ਦੇ ਨਾਲ ਇੰਨੀ ਵੱਡੀ ਟੱਕਰ ਲਈ ਕਿ ਅੱਜ ਤੱਕ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਜਿਹੜੇ ਸਿੰਘ ਸੂਰਮੇ ਆ ਉਹ ਭੁੱਲਦੇ ਨਹੀਂ ਆ। ਇਹ ਕੋਈ ਅੱਤਵਾਦੀ ਨਹੀਂ ਸਨ, ਇਹ ਕੋਈ ਵੱਖਵਾਦੀ ਨਹੀਂ ਸਨ, ਇਹ ਕੋਈ ਖੁੰਖਾਰ ਦਰਿੰਦੇ ਨਹੀਂ ਸਨ, ਇਹ ਕੋਈ ਦਹਿਸ਼ਤਗਰਦ ਨਹੀਂ ਸਨ ਜੋ ਹਰ ਰੋਜ਼ ਭਾਰਤੀ ਮੀਡੀਆ ਜਾਂ ਅਖਬਾਰਾਂ ਦੇ ਵਿੱਚ ਇਹਨਾਂ ਨੂੰ ਨਿੰਦਿਆ ਭੰਡਿਆ ਬਦਨਾਮ ਕੀਤਾ ਜਾਂਦਾ ਆ। ਜੇਕਰ ਤੁਸੀਂ ਸਰਕਾਰੀ ਐਨਕ ਉਤਾਰ ਕੇ ਸਿੱਖ ਦ੍ਰਿਸ਼ਟੀ ਦੇ ਨਾਲ, ਗੁਰੂ ਦੀ ਦ੍ਰਿਸ਼ਟੀ ਦੇ ਨਾਲ ਦੇਖਣ ਦਾ ਯਤਨ ਕਰੋਗੇ ਤਾਂ ਤੁਹਾਨੂੰ ਇੰਝ ਲੱਗੇਗਾ ਕਿ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣ, ਉਹ ਬਾਬਾ ਦੀਪ ਸਿੰਘ ਜੀ ਹੋਣ, ਤੁਹਾਨੂੰ ਐਂ ਲੱਗੇਗਾ ਕਿ ਬਾਬਾ ਰਣਜੀਤ ਸਿੰਘ ਜੀ ਦਿਆਲਗੜ੍ਹ ਉਹ ਜਿਵੇਂ ਨਵਾਬ ਕਪੂਰ ਸਿੰਘ ਜੀ ਹੋਣ, ਉਹ ਜਥੇਦਾਰ ਦਸਾ ਸਿੰਘ ਆਹਲੂਵਾਲੀਆ ਹੀ ਹੋਵੇ। ਤੁਹਾਨੂੰ ਸਾਰੇ ਸੂਰਮੇ ਇੰਝ ਲੱਗਣਗੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੀ ਦੁਬਾਰਾ ਆਇਆ ਹੋਵੇ, ਉਹੀ ਰੂਹਾਂ ਵਿੱਚ ਰਹੀਆਂ ਸਨ, ਚਾਹੇ ਉਹ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਹੋਣ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੋਵੇ, ਭਾਈ ਜੁਗਰਾਜ ਸਿੰਘ ਤੂਫਾਨ ਵਰਗੇ ਜਿਹੜੇ ਸੂਰਮੇ ਆ ਉਹ ਹੋਣ, ਮੈਂ ਸਮਝਦਾ ਕਿ ਇਹਨਾਂ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ ਕਿ ਜਿਹਨਾਂ ਜਿਸ ਨਿਸ਼ਾਨੇ ਦੇ ਵਾਸਤੇ ਇਹਨਾਂ ਦੀਆਂ ਸ਼ਹਾਦਤਾਂ ਹੋਈਆਂ, ਆਪਾਂ ਉਸ ਨਿਸ਼ਾਨੇ ਦੇ ਉੱਤੇ ਜਿਹੜਾ ਪਹਿਰਾ ਆ ਉਹ ਦਈਏ, ਅੰਮ੍ਰਿਤਧਾਰੀ ਹੋਈਏ, ਕੇਸਾਧਾਰੀ ਹੋਈਏ ਅਤੇ ਸ਼ਸਤਰਧਾਰੀ ਜਿਹੜਾ ਹੋਈਏ। ਅਤੇ ਜਿਹੜੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਹੀ ਸੀ ਕਿ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੰਤਾਂ ਦੇ ਹੂ ਹੂ ਬੋਲਿਆ ਕਿ ਜਿੱਦੇ ਇਸ ਸਥਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਤੇ ਦੁਨੀਆ ਤੇ ਮਿਸਾਲ ਬਣੇਗੀ ਕਿ ਖਾਲਿਸਤਾਨ ਬਣੇਗਾ, ਉਸ ਦਿਨ ਜ਼ਰੂਰ ਖਾਲਿਸਤਾਨ ਬਣੇਗਾ। ਸਾਡੇ ਸ਼ਹੀਦ ਭਾਈ ਹਰਚੰਦਰ ਸਿੰਘ ਦੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ ਆਪਣੀਆਂ ਜੇਲ੍ਹ ਚਿੱਠੀਆਂ ਦੇ ਵਿੱਚ ਲਿਖਦੇ ਆ ਕਿ ਖਾਲਿਸਤਾਨ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਦੇਣੀ ਆ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਅੱਜ ਵੀ ਜਿਹੜੇ ਆ ਉਹ ਕੀਤੇ ਜਾ ਰਹੇ ਆ। ਤੁਸੀਂ ਦੇਖੋ ਕਿ ਜਿਹੜਾ ਭਾਰਤ ਪੂਰੀ ਦੁਨੀਆ ਦੇ ਵਿੱਚ ਸੰਸਾਰ ਨੂੰ ਸ਼ਾਂਤੀ ਦਾ ਜਿਹੜਾ ਪਾਠ ਆ ਉਹ ਪੜ੍ਹਾਉਂਦਾ ਆ, ਉਹ ਭਾਰਤ ਅੱਜ ਖੁਦ ਕਾਤਲਾਂ ਦੇ ਕਟਹਿਰੇ ਦੇ ਵਿੱਚ ਜਿਹੜਾ ਆ ਉਹ ਖੜਾ ਆ। ਅੱਜ ਵੀ ਸਾਡੇ
ਸਾਡੇ ਸਿੰਘਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਆ, ਚਾਹੇ ਉਹ ਭਾਈ ਕਰਮਜੀਤ ਸਿੰਘ ਪੰਜਵਾਲ ਹੋਣ, ਭਾਈ ਅਵਤਾਰ ਸਿੰਘ ਖੰਡਾ ਹੋਵੇ ਤੇ ਭਾਈ ਹਰਦੀਪ ਸਿੰਘ ਨਿੱਜਲ ਹੋਵੇ ਕੌਮੀ ਯੋਧਾ, ਭਾਈ ਸੰਦੀਪ ਸਿੰਘ ਦੀਪ ਸਿੱਧੂ ਹੋਵੇ ਜਾਂ ਜਿਹੜਾ ਵੀ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰਦਾ ਆ ਉਹਨੂੰ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਂਦਾ ਆ। ਜਿਵੇਂ ਭਾਈ ਅਮਰਤਪਾਲ ਸਿੰਘ ਉੱਤੇ ਐਨਐਸਏ ਲੱਗੀ ਹੈ, ਨੌਜਵਾਨਾਂ ਦੇ ਉੱਤੇ ਟੈਰਰ ਫੰਡਿੰਗ ਦੇ ਕੇਸ ਪਾਏ ਜਾ ਰਹੇ ਆ, ਨੌਜਵਾਨਾਂ ਦੇ ਉੱਤੇ ਯੂਏਪੀਏ ਜਿਹੜੀ ਆ ਉਹ ਲੱਗ ਰਹੀ ਆ, ਗੱਲ ਕਰਤਾ ਨੂੰ ਪ੍ਰਮੋਟ ਕਰਨ ਦੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ, ਚਾਰੇ ਪਾਸੇ ਸਾਨੂੰ ਜਿਹੜਾ ਆ ਉਹ ਧੱਕਿਆ ਜਾ ਰਿਹਾ। ਤੁਸੀਂ ਦੇਖੋ ਕਿ ਇੱਕ ਪਾਸੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹਨਾਂ ਉੱਤੇ ਕੋਈ ਯੂਏਪੀ ਐਨਐਸਏ ਨਹੀਂ, ਪਰ ਜਦੋਂ ਸਿੱਖ ਰਾਸ਼ਟਰ ਦੀ ਗੱਲ ਕਰਦੇ ਆ ਤਾਂ ਸਾਡੇ ਹਿੱਸੇ ਐਨਐਸਏ ਆਉਂਦੇ ਆ। ਭਾਰਤ ਵਿੱਚ 100 ਕਰੋੜ ਹਿੰਦੂ ਵੱਸਦਾ, ਉਹ ਫਿਰ ਵੀ 100 ਕਰੋੜ ਹਿੰਦੂ ਜਿਹਨਾਂ ਦੇ ਕੋਲ ਰਾਜ ਸੱਤਾ ਵੀ ਆਪਣੀ ਆ, ਹਿੰਦੂ ਹੁਕਮਰਾਨਾਂ ਦੇ ਕੋਲ ਭਾਰਤ ਦੀ ਰਾਜ ਸੱਤਾ, ਪਰ ਹਿੰਦੂ ਫਿਰ ਵੀ ਆਪਣੇ ਆਪ ਨੂੰ ਖਤਰੇ 'ਚ ਮਹਿਸੂਸ ਕਰਦਾ 100 ਕਰੋੜ ਹੋਣ ਦੇ ਬਾਵਜੂਦ ਵੀ। ਪਰ ਜਿਹੜੇ 2 ਕਰੋੜ ਸਿੱਖ ਆ, ਮੁਰਗੀ ਭਰ ਸਿੱਖ ਆ, ਫਿਰ ਉਹ ਜਿਹੜੇ ਆ ਉਹ ਕਿੱਧਰ ਨੂੰ ਜਾਣਗੇ? ਸਾਨੂੰ ਸਾਰਿਆਂ ਨੂੰ ਸਮਝ ਦੇਣਾ ਚਾਹੀਦਾ ਆ ਕਿ ਖਾਲਿਸਤਾਨ ਕੋਈ ਹਊਗਾ ਨਹੀਂ, ਇਹ ਇੱਕ ਪਵਿੱਤਰ ਸ਼ਬਦ ਆ ਜਿਹਦੇ ਲਈ ਇੱਕ ਦੋ ਨਹੀਂ ਹਜ਼ਾਰਾਂ ਲੱਖਾਂ ਸ਼ਹਾਦਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ। ਖਾਲਿਸਤਾਨ ਉਹੀ ਆ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਭਗਤਾਂ ਨੇ ਬੇਗਮਪੁਰਾ ਆਖਿਆ, 5ਵੇਂ ਪਾਤਸ਼ਾਹ ਜੀ ਨੇ ਹਲੇ ਵੀ ਰਾਜ ਆਖਿਆ, 10ਵੇਂ ਪਾਤਸ਼ਾਹ ਜੀ ਨੇ ਸਾਨੂੰ ਰਾਜ ਕਰੇਗਾ ਖਾਲਸਾ ਦਾ ਜਿਹੜਾ ਸੰਕਲਪ ਆ ਉਹ ਬਖਸ਼ਿਸ਼ ਕੀਤਾ ਆ। ਉਸ ਖਾਲਿਸਤਾਨ ਦੇ ਉੱਤੇ ਆਪਾਂ ਸਾਰਿਆਂ ਨੇ ਪਹਿਰਾ ਦੇਣਾ ਆ। ਇੱਥੇ ਭਾਈ ਭੁਪਿੰਦਰ ਸਿੰਘ ਸੱਜਣ ਸੱਭਿਆਚਾਰ ਦੀ ਗੱਲ ਕਰਕੇ ਗਏ ਆ ਤੇ ਦੇਖੀ ਦਾ ਆ ਕਿ ਅੱਜ ਕਿਹੜਾ ਜਿਹੜਾ ਸੱਭਿਆਚਾਰ ਆ ਉਹ ਬਣਾ ਦਿੱਤਾ ਆ। ਆ ਹੀਰ ਰਾਂਝਾ ਮਿਰਜ਼ਾ ਸਾਹਿਬਾਂ ਕਰਕੇ ਇਹ ਜਿਹੜੇ ਨਚਾਰ ਆ ਜਿੰਨੇ ਵੀ ਆਸ਼ਕ, ਇਹ ਸਾਡਾ ਸੱਭਿਆਚਾਰ ਨਹੀਂ। ਸਾਡਾ ਸੱਭਿਆਚਾਰ ਤਾਂ ਸਰਹੰਦ ਦੀਆਂ ਨੀਆਂ ਆ, ਸਾਡਾ ਸੱਭਿਆਚਾਰ ਤਾਂ ਚਮਕੌਰ ਦੀ ਗੜੀ ਆ। ਸਾਡੇ ਜਿਹੜੇ ਰੋਲ ਮਾਡਲ ਆ ਉਹ ਗਾਣਿਆਂ ਵਾਲੇ ਜਾਂ ਫਿਲਮਾਂ ਵਾਲੇ ਨਹੀਂ ਆ, ਸਾਡੇ ਜਿਹੜੇ ਰੋਲ ਮਾਡਲ ਆ ਉਹ ਬਾਬਾ ਰਣਜੀਤ ਸਿੰਘ ਜੀ ਦਿਆਲਗੜ ਵਰਗੇ ਜਿਹੜੇ ਆ ਉਹ ਸੂਰਮੇ, ਸਾਡੇ ਰੋਲ ਮਾਡਲ ਜਿਹੜੇ ਆ ਉਹ ਭਾਈ ਜਗਤਾਰ ਸਿੰਘ ਜੀ ਹਵਾਲਾ ਵਰਗੇ ਜਿਹੜੇ ਸੂਰਮੇ ਆ ਉਹ ਹੋਣੇ ਚਾਹੀਦੇ ਆ। ਸੋ ਮੈਂ ਸਿੱਖ ਸੰਗਤਾਂ ਨੂੰ, ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਾਂਗਾ ਕਿ ਉਹ ਅੰਮ੍ਰਿਤਧਾਰੀ ਹੋਣ, ਸ਼ਸਤਰਧਾਰੀ ਹੋਣ ਤੇ ਕੇਸਾਧਾਰੀ ਹੋਣ, ਕਿਉਂਕਿ ਜਦੋਂ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੀਦਾ ਤਾਂ ਦੇਖੀਦਾ ਹਾਲਾਤ ਕੀ ਬਣ ਚੁੱਕੇ ਨੇ। ਸਿੱਖਾਂ ਦੀਆਂ ਮੁੰਡੀਆਂ ਨੇ ਕਟਾ ਲਈਆਂ ਦਾੜੀਆਂ ਤੇ ਆਪਣੀਆਂ ਸ਼ਕਲਾਂ ਆਪੇ ਹੀ ਵਿਗਾੜੀਆਂ, ਜਵਾਈ ਵੀ ਨੇ ਘੋਣ ਮੋਨ ਤੇ ਨੂੰਹਾਂ ਵੀ ਨੇ ਮੋਨੀਆਂ, ਅੱਗੋਂ ਧੀਆਂ ਨੇ ਵੀ ਗੋਤਾ ਕੱਟ ਤੇ ਬਣਾ ਲਈਆਂ ਮੋਨੀਆਂ, ਰਹਿ ਗਏ ਨੇ ਚੇਤੇ ਸਾਨੂੰ ਉਸਤਰੇ ਤੇ ਕੈਂਚੀਆਂ, ਅੱਜ ਭੁੱਲ ਗਏ ਆ ਪੜ੍ਹਨੀਆਂ ਗੁਰਬਾਣੀ ਦੀਆਂ ਸੈਂਚੀਆਂ, ਫੈਸ਼ਨਾਂ ਤੇ ਨਸ਼ੀਆਂ ਤੇ ਚੜ੍ਹਦੇ ਗਲੇਸ਼ ਦੀ। ਵੀਰੋ ਭੈਣੋ ਹੱਥ ਜੋੜ ਕੇ ਬੇਨਤੀ ਹੈ ਕਿ ਪੈਰਾਂ ਵਿੱਚ ਰੋਧੀਏ ਨਾ ਸਿੱਖੀ ਦਸਮੇਸ਼ ਦੀ, ਗੁਰਮਤਿ ਮਾਰਗ ਤੋਂ ਫਿਰ ਕੇ ਆ ਸਿੱਖ ਆਲਮ, ਦੇਖੋ ਕਿੱਧਰ ਨੂੰ ਕਰੀਏ ਧਾਈ ਜਾਂਦਾ, ਪੂਜਾ ਇੱਕ ਅਕਾਲ ਦੀ ਛੱਡ ਕੇ ਤੇ ਕਰਮ ਕਾਂਡਾਂ ਵਿੱਚ ਸਮਾਂ ਬਿਤਾਈ ਜਾਂਦਾ, ਚੌਂਕੀ ਭਰੇ ਕੋਈ ਪਖੰਡੀ ਵਿਭਾਗ ਸਿਉਂ ਦੀ ਤੇ ਕੋਈ ਦੇਵੀ ਦੀ ਜੋਤ ਜਗਾਈ ਜਾਂਦਾ, ਕੋਈ ਲੱਖਾਂ ਦੇ ਦਾਤੇ ਦੀ ਕਰੇ ਪੂਜਾ ਤੇ ਕੋਈ ਤੇਲ ਚਿਰਾਗਾਂ ਵਿੱਚ ਪਾਈ ਜਾਂਦਾ, ਪੀਵੇ ਰੋਜੇ ਦਾ ਕੋਈ ਪ੍ਰਸ਼ਾਦ ਕੌੜਾ ਜਿੱਥੇ ਸ਼ਰਾਬ ਚੜ੍ਹਦੀ ਆ ਤੇ ਸ਼ੇਖ ਫਤਿਹ ਕੋਈ ਖੀਰ ਚੜ੍ਹਾਈ ਜਾਂਦਾ, ਕੋਈ ਆਸ਼ੂਤੋਸ਼ ਪਖੰਡੀ ਨੂੰ ਟੇਕੇ ਮੱਥੇ ਤੇ ਕੋਈ ਸਰਸੇ ਵਾਲੇ ਨੂੰ ਬਾਪ ਬਣਾਈ ਜਾਂਦਾ, ਕੋਈ ਭਲਿਆਰੇ ਵਾਲੇ ਬੱਜੂ ਨੂੰ ਕਹੇ ਬਾਬਾ ਤੇ ਕੋਈ ਰਾਧਾ ਸਵਾਮੀ ਤੇ ਪੰਡਤਾਂ ਦੇ ਸੁਹਲੇ ਗਾਈ ਜਾਂਦਾ। ਪੰਥ ਖਾਲਸਾ ਜੀ ਗੁਰੂ ਦੀ ਮੱਤ ਵਜੋਂ ਅੱਜ ਬੰਦਾ ਹਨੇਰੇ 'ਚ ਠੋਕਰਾਂ ਖਾਈ ਜਾਂਦਾ, ਬੰਦਾ ਹਨੇਰੇ 'ਚ ਠੋਕਰਾਂ ਖਾਈ ਜਾਂਦਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।